ਆਪਣੇ ਆਪਣੇ ਘਰਾਂ ਦੇ ਵਿੱਚ ਰਹੋ, ਬਾਜ਼ਾਰ ਬੰਦ ਹੋ ਚੁੱਕਿਆ ਹੈ। ਪ੍ਰਾਰਥਨਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਵੀ ਤੁਹਾਡੇ ਸੱਜਣ ਗੁੱਸੇ ਆ ਬਾਹਰ ਆਏ ਨੇ, ਜਿਹੜੇ ਬਾਹਰ ਆਏ ਨੇ, ਪਲੀਜ਼ ਆਪਣੇ ਘਰ ਦੇ ਵਿੱਚ ਹੀ ਰਹਿਣ, ਤੁਸੀਂ ਵੀ ਆਪਣੇ ਘਰ ਸੱਜਣਾ ਦਿਓ। ਜਿਹੜਾ ਬੰਦਾ ਬਾਹਰ ਆਇਆ ਤੁਹਾਡੇ ਵੱਲ ਪ੍ਰਾਣ ਹੈ ਜਾਂ ਨਹੀਂ ਹੈ, ਉਹਨੂੰ ਆਪਣਾ ਘਰ ਚ ਰਹਿਣ ਨਾਲ ਬਾਹਰ ਨਾ ਨਿਕਲਣ ਦੇ। ਪੁਲਿਸ ਵੱਲੋਂ ਬਟਾਲਾ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ, ਇਹਦੇ ਪਿੱਛੇ ਕੀ ਕਾਰਨ ਹੈ? ਬਿਲਕੁਲ, ਡਿਸਟ੍ਰਿਕਟ ਬਟਾਲਾ ਇਸ ਨਾਮ ਮੁਰਾਦ ਬਿਮਾਰੀ ਕਰੋਨਾ ਦੇ ਵਾਸਤੇ, ਇਹਨੂੰ ਮਿਟਾਉਣ ਵਾਸਤੇ ਤਤਪਰ ਹੈ। ਅਸੀਂ ਸਾਡੇ ਐਸ ਐਸ ਪੀ ਸਾਹਿਬ ਵੱਲੋਂ ਅਤੇ ਸਾਡੇ ਅਫਸਰਾਂ ਵੱਲੋਂ, ਪੰਜਾਬ ਸਰਕਾਰ ਵੱਲੋਂ ਇਹ ਹੁਕਮ ਹੋਇਆ ਸੀ ਕਿ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਗਈਆਂ ਸਨ ਉਹ ਦੁਬਾਰਾ ਫਿਰ ਬੰਦ ਕਰ ਦਿੱਤੀਆਂ ਗਈਆਂ, ਕਿਉਂਕਿ ਬਹੁਤ ਜ਼ਿਆਦਾ ਰੱਸ਼ ਵੱਧ ਗਿਆ ਸੀ। ਅਸੀਂ ਹੁਣ ਸਾਰੇ ਮਹੱਲੇ ਜਾ ਕੇ ਪੈਦਲ ਜਾ ਲਾ ਕੇ ਅਸੀਂ ਅਪੀਲ ਕਰਦੇ ਹਾਂ ਅਤੇ ਬੇਨਤੀਆਂ ਕਰਦੇ ਹਾਂ ਕਿ ਆਪਣੇ ਆਪਣੇ ਘਰਾਂ 'ਚ ਰਹੋ। ਅਸੀਂ ਦੋ ਚਾਰ ਦਿਨ ਇਸ 'ਤੇ ਕੰਟਰੋਲ ਕਰ ਲਈਏ ਅਤੇ ਅਸੀਂ ਨਾਮਰਾਜ ਬਿਮਾਰੀ ਨੂੰ ਭਜਾ ਸਕਦੇ ਹਾਂ। ਅਸੀਂ ਫਲੈਗ ਮਾਰਚ ਸਾਰੇ ਸ਼ਹਿਰ 'ਚ ਕੱਢਾਂਗੇ ਅਤੇ ਫਿਰ ਪਿੰਡਾਂ 'ਚ ਵੀ ਜਾਵਾਂ ਗੱਡੀਆਂ 'ਤੇ। ਅਸੀਂ ਲੋਕਾਂ ਨੂੰ ਬੇਨਤੀ ਹੀ ਕਰਦੇ ਹਾਂ ਕਿ ਇਹ ਨਾਮਰਾਜ ਬਿਮਾਰੀ ਨੂੰ ਆਪਾਂ ਭਜਾਉਣਾ ਆ, ਅਤੇ ਲੋਕਾਂ ਨੂੰ ਅਸੀਂ ਬੇਨਤੀ ਕਰ ਕਰਕੇ ਦੱਸ ਰਹੇ ਹਾਂ ਕਿ ਥੋੜ੍ਹੇ ਦਿਨ ਲਈ ਅੰਦਰ ਬੈਠੇ ਰਹੋ, ਨਾ ਬਾਹਰ ਨਿਕਲੋ, ਨਾ ਬਾਹਰ ਜਾਓ, ਸਾਰੀ ਉਮਰ ਘੁੰਮਾਉਂਦੇ ਰਹਿੰਦੇ ਹਾਂ, ਜੇ ਘਰ ਆਪਣੀ ਜਾਨ ਨਹੀਂ ਰਹੀ ਤਾਂ ਕੀ ਫਾਇਦਾ। ਇਸ ਕਰਕੇ ਸਾਡੀਆਂ ਬੇਨਤੀਆਂ ਨੂੰ ਪਬਲਿਕ ਵੱਲੋਂ ਵੀ ਮੰਨੀਆਂ ਜਾ ਰਹੀਆਂ, ਪਰ ਫਿਰ ਵੀ ਕੁਛ ਲੋਕ ਨੇ ਜਿਹੜਾ ਰੁਕ ਰੁਕ ਕੇ ਪੁੱਛਦੇ ਵੀ ਕਿੱਥੇ ਚੱਲੇ, ਕਿੱਥੇ ਜਾਣਾ ਉਹਨਾਂ ਨੇ। ਫਿਰ ਵੀ ਅਸੀਂ ਉਹਨਾਂ ਨੂੰ ਹੌਸਲਾ ਵੀ ਦਿੰਦੇ ਹਾਂ ਅਤੇ ਨਾਲ ਉਹਨਾਂ ਨੂੰ ਕਹਿੰਦੇ ਹਾਂ ਜੇਕਰ ਕਿਸੇ ਨੂੰ ਜ਼ਰੂਰਤ ਹੈ ਕਿਸੇ ਕੰਮ ਦੀ ਤਾਂ ਸਾਨੂੰ ਇਤਲਾਹ ਦਿਓ, ਟੈਲੀਫੋਨ ਕਰੋ। ਅੱਛਾ, ਦੂਜੇ ਨੰਬਰ 'ਤੇ ਮੈਂ ਬੇਨਤੀ ਇਹ ਵੀ ਕਰਦਾ ਹਾਂ ਕਿ ਜਿਹੜੇ ਵੀ ਬਾਹਰੋਂ ਅਮਰੀਕੀ ਆਏ ਨੇ ਉਹ ਆਪਣੇ ਘਰਾਂ 'ਚ ਬੈਠੇ ਰਹਿਣ, ਜੇਕਰ ਬਾਹਰ ਆਏ ਤਾਂ ਉਹਨਾਂ 'ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਊ। ਆਪਣੇ ਦੁਕਾਨਦਾਰ ਭਰਾ ਜਿਹੜੇ ਕਿ ਵਧੀਆ ਹੈ, ਘਰ 'ਚ ਬੈਠੇ ਨੇ, ਘਰ ਬੈਠ ਕੇ ਆਪਣੇ ਬੱਚਿਆਂ ਦੇ ਵਿੱਚ ਬੈਠੇ ਨੇ, ਇਸੇ ਤਰ੍ਹਾਂ ਹੀ ਇਸ ਬਿਮਾਰੀ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਅਤੇ ਤੁਸੀਂ ਵੀ ਆਪਣੇ ਜਿਹੜੇ ਚੈਨਲ ਹੈ, ਪ੍ਰੈਸ ਵਾਲਿਆਂ ਨੇ ਬਹੁਤ ਕਿਰਪਾ ਕੀਤੀ ਹੈ, ਪ੍ਰੈਸ ਵਾਲੇ ਵੀ ਨਾਲ ਨਾਲ ਤੁਰੇ ਫਿਰਦੇ ਅਤੇ ਲੋਕਾਂ ਨੂੰ ਸਾਰਿਆਂ ਨੂੰ ਇਹਦੀ ਅਵੇਅਰਨੈਸ ਵਾਸਤੇ ਬੇਨਤੀਆਂ ਕਰਦੇ ਨੇ। ਅਸੀਂ ਰਲ ਮਿਲ ਕੇ ਇਹਨੂੰ ਕਰਾਂਗੇ ਤਾਂ ਹੀ ਇਸ ਚੀਜ਼ ਦਾ ਖਾਤਮਾ ਕਰਾਂਗੇ। ਧੰਨਵਾਦ ਸਰ। ਜਿਹੜੀ ਝੂਠੀਆਂ ਅਫਵਾਹਾਂ ਡਾਉਂਦੇ ਇਹਨਾਂ ਦਾ ਕੀ ਕਹਿਣਾ ਚਾਹੁੰਦੇ ਤੁਸੀਂ? ਕਿਹੜੇ ਜੀ? ਜਿਹੜੀਆਂ ਝੂਠੀਆਂ ਅਫਵਾਹਾਂ ਡਾ ਰਹੇ ਨੇ, ਬਿਲਕੁਲ ਜਿਹੜੇ ਝੂਠੀਆਂ ਅਫਵਾਹਾਂ ਉੱਤੇ ਅਸੀਂ ਕੇਸ ਰਜਿਸਟਰ ਕਰਾਂਗੇ। ਇਹ ਅਫਵਾਹਾਂ ਤਾਂ ਸਾਡੀ ਸਰਕਾਰ ਵੱਲੋਂ ਵੀ, ਸਾਰਿਆਂ ਵੱਲੋਂ ਵੀ ਹੈ ਕਿ ਜਿਹੜੇ ਅਫਵਾਹਾਂ ਉਡਾਉਂਦੇ ਆ ਬਿਨਾਂ ਮਤ ਤੋਂ, ਬਿਨਾਂ ਗੱਲ ਤੋਂ ਟਾਈਮ ਵੇਸਟ ਕਰਦੇ ਆ, ਉਹ ਜਿਹੜੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ। ਅਸੀਂ ਕਰਾਂਗੇ ਵੀ ਅਤੇ ਕਿਸੇ ਨੂੰ ਨਹੀਂ ਬਖਸ਼ਿਆ ਜਾਵੇ। ਠੀਕ ਹੈ ਸਰ।